ਸੰਗਤ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕਰਾਂਗੇ ਔਰ ਕਰ ਰਹੇ ਨੇ। ਸਾਰੀਆਂ ਔਰਗਨਾਈਜੇਸ਼ਨਾਂ ਉਹਨਾਂ ਨੂੰ ਝੰਡਾ ਪਾ ਕੇ ਮਾਨ ਸਨਮਾਨ ਦੇ ਰਹੀਆਂ ਨੇ। ਇਹਦੇ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਥੋਂ ਲਗਭਗ 11:30 ਵਜੇ ਇਹਨਾਂ ਦੀ ਡੈੱਡ ਬੋਡੀ ਨੂੰ ਪਿੰਡ ਵੱਲ ਨੂੰ ਰਵਾਨਾ ਕਰਾਂਗੇ। ਜਿਹੜਾ 3 ਵਜੇ ਉੱਥੇ ਸੰਸਕਾਰ ਕਰਨ ਦਾ ਸਾਡਾ ਐਲਾਨ ਕੀਤਾ ਹੋਇਆ ਉਹ ਅਸੀਂ ਸਮੇਂ ਸਿਰ ਉੱਥੇ ਇਹਨਾਂ ਦੇ ਪਿੰਡ ਜਾ ਕੇ ਅੱਜ ਇਹਨਾਂ ਦਾ ਅੰਤਿਮ ਸੰਸਕਾਰ। ਜਿਹੜੀਆਂ ਮੰਗਾਂ ਸੀਗੀਆਂ ਕੀ ਤੁਸੀਂ ਉਹਦੇ 'ਤੇ ਸੈਟਿਸਫਾਈਡ ਹੋ? ਨਹੀਂ, ਦੇਖੋ ਮੰਗਾਂ ਜਿਹੜੀਆਂ ਮਸਲੇ ਨੇ ਸਾਡਾ ਇਹੀ ਸੀਗਾ ਕਿ ਸਾਡਾ ਜਿਹੜਾ ਸ਼ਹੀਦ ਹੋਇਆ ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ। ਸਰਕਾਰ ਨੇ ਮੰਨ ਲਿਆ, 1 ਕਰੋੜ ਰੁਪਈਏ ਦੀ ਰਾਸ਼ੀ ਦੀ ਮਦਦ ਮੰਨ ਲਈ ਹੈ, ਲੜਕੀ ਨੂੰ ਨੌਕਰੀ ਦੇਣ ਦੀ ਮੰਨ ਲਈ ਹੈ। ਦੂਜਾ ਸੀਗਾ ਕਿ FIR ਦਰਜ ਹੋਵੇ, FIR ਦਰਜ ਹੋ ਚੁੱਕੀ ਹੈ, 302 ਧਾਰਾ ਲੱਗ ਚੁੱਕੀ ਹੈ, 114 ਲੱਗ ਚੁੱਕੀ ਹੈ। ਅਣਪਛਾਤਿਆਂ ਦੇ ਖਿਲਾਫ ਜਿਹੜਾ ਮਾਮਲਾ ਤੁਸੀਂ ਦੇਖਦੇ ਹੋ ਕਿ ਕੋਰਟ ਦੇ ਹਿਸਾਬ ਨਾਲ ਅੱਗੇ ਕਿਸ ਤਰ੍ਹਾਂ ਇਹਨੂੰ ਤੁਸੀਂ ਦੇਖੋਗੇ? ਇਹ ਸਾਰੀ ਦੀ ਸਾਰੀ ਜਿਹੜੀ ਤਿਆਰੀ ਹੋਈ ਹੈ, ਜੋ ਸਾਰੇ ਦਾ ਸਾਰਾ FIR ਲਾਂਚ ਹੋਈ ਹੈ, ਇੱਧਰੋਂ ਵੀ ਵਕੀਲਾਂ ਨੇ ਪੈਨਲ ਨੇ ਬੈਠ ਕੇ ਜੋ ਉਹਨਾਂ ਨੂੰ ਸਮਝ ਆਈ ਹੈ ਉਹਦੇ ਮੁਤਾਬਕ ਕਰਵਾਈ ਹੈ, ਤਾਂ ਕਿ ਕਿਤੇ ਵੀ ਕੱਲ੍ਹ ਨੂੰ ਸਾਨੂੰ ਅੱਗੇ ਕੋਰਟ ਦੇ ਵਿੱਚ ਅੜਚਲ ਨਾ ਆਵੇ। ਉਹ ਸਾਰੀਆਂ ਗੱਲਾਂ ਧਿਆਨ 'ਚ ਰੱਖੀਆਂ ਗਈਆਂ ਨੇ। ਜਿਹੜਾ ਪੋਸਟਮਾਰਟਮ ਹੋਇਆ ਡਾਕਟਰਾਂ ਦੇ ਪੈਨਲ ਨੇ ਅਤੇ ਪੋਸਟਮਾਰਟਮ ਕੀਤਾ ਔਰ ਉਹਦੀ ਬਾਕਾਇਦਾ ਵੀਡੀਓਗ੍ਰਾਫੀ ਹੋਈ ਹੈ। ਤਾਂ ਅੱਜ ਦਾ ਜਿਹੜਾ ਫੈਸਲਾ ਤੁਸੀਂ ਕਹਿਣਾ ਸੀ ਕਿ 29 ਤਰੀਕ ਨੂੰ ਅਗਲਾ ਫੈਸਲਾ ਜਿਹੜਾ ਦਿੱਲੀ ਕੋਰਟ ਦੇ ਲਿਆ ਜਾਣਾ ਹੈ, ਕਿਸ ਤਰ੍ਹਾਂ ਦੀ ਤਿਆਰੀ ਹੈ? ਸਵਾਲ ਇਹ ਹੈ ਕਿ ਜਿਹੜਾ ਅਗਲਾ ਪ੍ਰੋਗਰਾਮ ਹੈ ਕੱਲ੍ਹ ਦਾ ਸਰਕਾਰ ਵੱਲੋਂ ਇਹ ਆਇਆ ਸੀ ਵੀ ਜਿਹਦਾ ਪੋਸਟਮਾਰਟਮ ਕਰਾਉਣੇ FIR ਕੱਢਦੇ ਹਾਂ। ਕੱਲ੍ਹ ਦਾ ਦਿਨ ਸਾਡਾ ਵਿਚਾਰ ਚਰਚਾ ਦਾ ਜਿਹੜਾ ਉਹ ਇੱਧਰ ਲੰਘ ਗਿਆ, ਉਹ ਅਸੀਂ ਅੱਜ ਮਤਲਬ ਬੈਠ ਕੇ ਚਰਚਾ ਕਰਾਂਗੇ। ਕੁਝ ਸਮੇਂ ਬਾਅਦ ਅਸੀਂ ਹੋਰ ਚਰਚਾ ਹੋਏਗੀ, ਚਰਚਾ ਹੋਣ ਤੋਂ ਬਾਅਦ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਫੈਸਲਾ ਉਹ ਦੇਵਾਂਗੇ। ਸੰਗਤ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕਰਾਂਗੇ ਔਰ ਕਰ ਰਹੇ ਨੇ। ਸਾਰੀਆਂ ਔਰਗਨਾਈਜੇਸ਼ਨਾਂ ਉਹਨਾਂ ਨੂੰ ਝੰਡਾ ਪਾ ਕੇ ਮਾਨ ਸਨਮਾਨ ਦੇ ਰਹੀਆਂ ਨੇ। ਇਹਦੇ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਥੋਂ ਲਗਭਗ 11:30 ਵਜੇ ਇਹਨਾਂ ਦੀ ਡੈੱਡ ਬੋਡੀ ਨੂੰ ਪਿੰਡ ਵੱਲ ਨੂੰ ਰਵਾਨਾ ਕਰਾਂਗੇ। ਜਿਹੜਾ 3 ਵਜੇ ਉੱਥੇ ਸੰਸਕਾਰ ਕਰਨ ਦਾ ਸਾਡਾ ਐਲਾਨ ਕੀਤਾ ਹੋਇਆ ਉਹ ਅਸੀਂ ਸਮੇਂ ਸਿਰ ਉੱਥੇ ਇਹਨਾਂ ਦੇ ਪਿੰਡ ਜਾ ਕੇ ਅੱਜ ਇਹਨਾਂ ਦਾ ਅੰਤਿਮ ਸੰਸਕਾਰ। ਜਿਹੜੀਆਂ ਮੰਗਾਂ ਸੀਗੀਆਂ ਕੀ ਤੁਸੀਂ ਉਹਦੇ 'ਤੇ ਸੈਟਿਸਫਾਈਡ ਹੋ? ਨਹੀਂ, ਦੇਖੋ ਮੰਗਾਂ ਜਿਹੜੀਆਂ ਮਸਲੇ ਨੇ ਸਾਡਾ ਇਹੀ ਸੀਗਾ ਕਿ ਸਾਡਾ ਜਿਹੜਾ ਸ਼ਹੀਦ ਹੋਇਆ ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ। ਸਰਕਾਰ ਨੇ ਮੰਨ ਲਿਆ, 1 ਕਰੋੜ ਰੁਪਈਏ ਦੀ ਰਾਸ਼ੀ ਦੀ ਮਦਦ ਮੰਨ ਲਈ ਹੈ, ਲੜਕੀ ਨੂੰ ਨੌਕਰੀ ਦੇਣ ਦੀ ਮੰਨ ਲਈ ਹੈ। ਦੂਜਾ ਸੀਗਾ ਕਿ FIR ਦਰਜ ਹੋਵੇ, FIR ਦਰਜ ਹੋ ਚੁੱਕੀ ਹੈ, 302 ਧਾਰਾ ਲੱਗ ਚੁੱਕੀ ਹੈ, 114 ਲੱਗ ਚੁੱਕੀ ਹੈ। ਅਣਪਛਾਤਿਆਂ ਦੇ ਖਿਲਾਫ ਜਿਹੜਾ ਮਾਮਲਾ ਤੁਸੀਂ ਦੇਖਦੇ ਹੋ ਕਿ ਕੋਰਟ ਦੇ ਹਿਸਾਬ ਨਾਲ ਅੱਗੇ ਕਿਸ ਤਰ੍ਹਾਂ ਇਹਨੂੰ ਤੁਸੀਂ ਦੇਖੋਗੇ? ਇਹ ਸਾਰੀ ਦੀ ਸਾਰੀ ਜਿਹੜੀ ਤਿਆਰੀ ਹੋਈ ਹੈ, ਜੋ ਸਾਰੇ ਦਾ ਸਾਰਾ FIR ਲਾਂਚ ਹੋਈ ਹੈ, ਇੱਧਰੋਂ ਵੀ ਵਕੀਲਾਂ ਨੇ ਪੈਨਲ ਨੇ ਬੈਠ ਕੇ ਜੋ ਉਹਨਾਂ ਨੂੰ ਸਮਝ ਆਈ ਹੈ ਉਹਦੇ ਮੁਤਾਬਕ ਕਰਵਾਈ ਹੈ, ਤਾਂ ਕਿ ਕਿਤੇ ਵੀ ਕੱਲ੍ਹ ਨੂੰ ਸਾਨੂੰ ਅੱਗੇ ਕੋਰਟ ਦੇ ਵਿੱਚ ਅੜਚਲ ਨਾ ਆਵੇ। ਉਹ ਸਾਰੀਆਂ ਗੱਲਾਂ ਧਿਆਨ 'ਚ ਰੱਖੀਆਂ ਗਈਆਂ ਨੇ। ਜਿਹੜਾ ਪੋਸਟਮਾਰਟਮ ਹੋਇਆ ਡਾਕਟਰਾਂ ਦੇ ਪੈਨਲ ਨੇ ਅਤੇ ਪੋਸਟਮਾਰਟਮ ਕੀਤਾ ਔਰ ਉਹਦੀ ਬਾਕਾਇਦਾ ਵੀਡੀਓਗ੍ਰਾਫੀ ਹੋਈ ਹੈ। ਤਾਂ ਅੱਜ ਦਾ ਜਿਹੜਾ ਫੈਸਲਾ ਤੁਸੀਂ ਕਹਿਣਾ ਸੀ ਕਿ 29 ਤਰੀਕ ਨੂੰ ਅਗਲਾ ਫੈਸਲਾ ਜਿਹੜਾ ਦਿੱਲੀ ਕੋਰਟ ਦੇ ਲਿਆ ਜਾਣਾ ਹੈ, ਕਿਸ ਤਰ੍ਹਾਂ ਦੀ ਤਿਆਰੀ ਹੈ? ਸਵਾਲ ਇਹ ਹੈ ਕਿ ਜਿਹੜਾ ਅਗਲਾ ਪ੍ਰੋਗਰਾਮ ਹੈ ਕੱਲ੍ਹ ਦਾ ਸਰਕਾਰ ਵੱਲੋਂ ਇਹ ਆਇਆ ਸੀ ਵੀ ਜਿਹਦਾ ਪੋਸਟਮਾਰਟਮ ਕਰਾਉਣੇ FIR ਕੱਢਦੇ ਹਾਂ।
ਕੱਲ੍ਹ ਦਾ ਦਿਨ ਸਾਡਾ ਵਿਚਾਰ ਚਰਚਾ ਦਾ ਜਿਹੜਾ ਉਹ ਇੱਧਰ ਲੰਘ ਗਿਆ, ਉਹ ਅਸੀਂ ਅੱਜ ਮਤਲਬ ਬੈਠ ਕੇ ਚਰਚਾ ਕਰਾਂਗੇ। ਕੁਝ ਸਮੇਂ ਬਾਅਦ ਅਸੀਂ ਹੋਰ ਚਰਚਾ ਹੋਏਗੀ, ਚਰਚਾ ਹੋਣ ਤੋਂ ਬਾਅਦ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਫੈਸਲਾ ਉਹ ਦੇਵਾਂਗੇ।